ਕੀ ਕਰੋ ਜੀ? ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਹਰ ਗੱਲ ਚ ਕੀ ਕਰੋ? ਧੰਨਵਾਦ ਕਰੋ। ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਪਰਮੇਸ਼ਵਰ ਦੀ ਇਹੀ ਮਰਜ਼ੀ ਹੈ। ਹਾਲੇਲੂਇਆ! ਪਰਮੇਸ਼ਵਰ ਦੀ ਮਰਜ਼ੀ ਕੀ ਹੈ ਜੀ? ਹਰ ਹਾਲ ਵਿੱਚ ਧੰਨਵਾਦ ਕਰੋ। ਜਿਹੜਾ ਆਪਾਂ ਕਰਦੇ ਨਹੀਂ ਆ, ਅਸੀਂ ਸਵੇਰੇ ਖਾਣਾ ਖਾਂਦੇ ਹਾਂ, ਧੰਨਵਾਦ ਨਹੀਂ ਕਰਦੇ ਤੇ ਪੈਰ ਨੂੰ ਫੇਰ ਲੱਗ ਜਾਂਦੇ ਆ, ਫਿਰ ਧੰਨਵਾਦ ਨਹੀਂ ਕਰਦੇ, ਰਾਤ ਨੂੰ ਫਿਰ ਪੈ ਜਾਂਦੇ ਆ, ਅੱਧੀ ਰਾਤ ਨੂੰ ਫਿਰ ਭੁੱਖ ਲੱਗਦੀ, ਫਿਰ ਅਸੀਂ ਖਾਣਾ ਸ਼ੁਰੂ ਕਰ ਦਿੰਦੇ ਆ। ਹਰ ਹਾਲ ਚ ਕਰਨਾ ਹੈ, ਧੰਨਵਾਦ ਕਰਨਾ ਹੈ, ਕਿਉਂਕਿ ਹਰੇਕ ਕੰਮ ਦਾ ਕਰਨ ਵਾਲਾ ਪਰਮੇਸ਼ਵਰ ਹੈ। ਜਦ ਤੱਕ ਪਰਮੇਸ਼ਵਰ ਘਰ ਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਕੀ ਹੁੰਦੀ ਹੈ ਜੀ? ਉਹ ਵਿਅਰਥ ਹੁੰਦੀ ਹੈ। ਔਰ ਉਹ ਬੜਾ ਭਾਗਾਂ ਵਾਲਾ ਦਿਨ ਹੁੰਦਾ ਹੈ ਜਦੋਂ ਕਿਸੇ ਮਸੀਹ ਬੰਦੇ ਦਾ ਜਦੋਂ ਘਰ ਦੀ ਨੀਂਹ ਪੱਥਰ ਰਖਾਇਆ ਜਾਂਦਾ ਹੈ, ਜਦੋਂ ਨੀਂਹ ਪੱਥਰ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਦੇ ਨਾਲ ਰੱਖਿਆ ਜਾਂਦਾ ਹੈ, ਉਸ ਘਰ ਚ ਕੀ ਹੈ? ਉਸ ਦਿਨ ਤੋਂ ਹਾਲੇਲੂਇਆ ਪੂਰੇ ਘਰ ਦੀ ਉਸਾਰੀ ਤੱਕ ਪਰਮੇਸ਼ਵਰ ਆਪਣੇ ਮਾਰਗ ਖੋਲਦਾ ਰਹਿੰਦਾ ਹੈ ਅਤੇ ਸਮੇਂ ਸਮੇਂ ਸਿਰ ਮੀਂਹ ਪਾਉਂਦਾ ਰਹਿੰਦਾ ਹੈ। ਬੋਲੋ ਹਾਲੇਲੂਇਆ! ਹੁਣ ਕਈ ਲੋਕਾਂ ਨੂੰ ਮੀਂਹ ਨਹੀਂ ਪੈਂਦਾ, ਕਈਆਂ ਲੋਕਾਂ ਉੱਤੇ ਕਿਉਂ ਨਹੀਂ ਪੈਂਦਾ? ਰੀਜ਼ਨ ਕੀ ਹੈ? ਕਾਰਨ ਕੀ ਹੈ? ਕਾਰਨ ਇਹ ਹੈ ਕਿ ਉਹ ਹਮੇਸ਼ਾ ਦੂਸਰੇ ਵੱਲ ਦੇਖ ਕੇ ਕਹਿੰਦਾ, ਯਾਰ ਉਹਦਾ ਕੋਠੀ ਬਣ ਗਈ, ਮੇਰੀ ਨਹੀਂ ਬਣਦੀ। ਵੇਖ ਕੇ ਧੰਨਵਾਦ ਨਹੀਂ ਕਰਦਾ, ਵੇਖ ਕੇ ਧੰਨਵਾਦ ਦੱਸਾਂ ਹੁਕਮ ਦੇ, ਹੁਕਮ ਕੀ ਹੈ? ਆਪਣੇ ਗਵਾਂਢੀ ਦੀ ਕਿਸੇ ਚੀਜ਼ ਦਾ ਲਾਲਚ ਹੈ ਨਾ, ਲਾਲਚ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਕਿਉਂਕਿ ਲਾਲਚੀ ਲੋਕ ਪਰਮੇਸ਼ਵਰ ਨੂੰ ਪਸੰਦ ਨਹੀਂ ਹਨ। ਹਾਲੇਲੂਇਆ! ਜੋ ਲਾਲਚ ਕਰਦੇ ਹੈ ਉਹ ਪਰਮੇਸ਼ਵਰ ਨੂੰ ਪਸੰਦ, ਪਰਮੇਸ਼ਵਰ ਨੂੰ ਪਸੰਦ ਕੌਣ ਹੈ? ਜਿਹੜੇ ਕੀ ਆ ਉਹਦਾ ਧੰਨਵਾਦ ਕਰਦੇ ਹੈ। ਬੋਲੋ ਹਾਲੇਲੂਇਆ! 28 ਦੀ ਇੱਕ ਅੱਠ ਪੜਿਓ। ਜਦੀ ਤੂੰ ਆਪਣੇ ਪਰਮੇਸ਼ਵਰ ਯਹੋਵਾ ਕੀ ਸਭ ਆਗਿਆਓਂ ਜੋ ਮੈਂ ਆਜ ਤੁਮੇ ਸੁਨਾਤਾ ਹੂੰ ਚੌਕਸੀ ਸੇ ਪੂਰੀ ਕਰਕੇ ਔਰ ਚਿਤ ਲਗਾ ਕਰ ਉਸਕੀ ਸੁਨੇ ਤੋ ਵੈ ਤੁਝੇ ਪ੍ਰਿਥਵੀ ਕੀ ਸਭ ਜਾਤੀਓਂ ਮੇਂ ਸ਼੍ਰੇਸ਼ਟ ਕਰੇਗਾ। ਹਾਲੇਲੂਇਆ! ਪੰਜਾਬੀ ਪੜਿਓ, ਪੰਜਾਬੀ ਪੜਨਾ ਬਸ। ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮੰਨ ਲਾ ਕੇ, ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮੰਨ ਲਾ ਕੇ ਸੁਣੋ। ਹਾਲੇਲੂਇਆ! ਤਾਂ ਇਉਂ ਹੋਵੇ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ, ਮਨ ਲਗਾ ਕੇ ਸੁਣੋ ਅਤੇ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ, ਕਰਕੇ ਪੂਰਾ ਕਰੋ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। ਤਾਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਹਾਲੇਲੂਇਆ! ਹਾਲੇਲੂਇਆ! ਪ੍ਰੇਸ ਲਾਰਡ! ਹਾਲੇਲੂਇਆ! ਬੋਲੇ ਪ੍ਰਭੂ ਯਿਸੂ ਮਸੀਹ ਕੇ ਨਾਮ ਕੀ! ਹਾਲੇਲੂਇਆ! ਕਹਿੰਦਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ, ਕਈਆਂ ਨੂੰ ਆਪਣੇ ਪਰਮੇਸ਼ਵਰ ਦੀ ਪਹਿਚਾਣ ਨਹੀਂ ਹੁੰਦੀ, ਉਹ ਹੁੰਦੇ ਤੋਂ ਮਸੀਹ ਆ, ਗੱਲ ਚ ਕ੍ਰੋਸ ਪਾਇਆ ਹੁੰਦਾ ਲੰਬਾ ਜਿਹਾ, ਗੱਡੀ ਦੇ ਅੰਦਰ ਵੀ ਕ੍ਰੋਸ ਹੁੰਦਾ, ਘਰ ਦੇ ਬਾਹਰ ਵੀ ਕ੍ਰੋਸ ਹੁੰਦਾ, ਲੇਕਿਨ ਜਦੋਂ ਕੋਈ ਪ੍ਰੋਗਰਾਮ ਕੋਈ ਹੋਵੇ, ਕਿਤੇ ਵੀ ਹੋਵੇ, ਉਹ ਜਾ ਕਹਿੰਦਾ ਇਹ ਵੀ ਮੇਰਾ ਹੀ ਹੈ, ਇਹ ਵੀ ਕੀ ਆ? ਮੇਰਾ ਹੀ ਹੈ। ਬੁਲਾ ਲਾ ਲੋਈਆ! ਲੇਕਿਨ ਭਵਿਸ਼ਤਾ ਸਾਰ ਵਿੱਚ ਜੋ ਪਹਿਲੀਆਂ ਪੰਜ ਕਿਤਾਬਾਂ ਪ੍ਰਭੂ ਦੇ ਦਾਸ ਮੂਸਾ ਦੁਆਰਾ ਲਿਖੀਆਂ ਗਈਆਂ, ਉਹ ਆਪ ਇਸ ਜਗ੍ਹਾ ਉੱਤੇ ਇੱਕ ਹੁਕਮ ਦੇ ਰਿਹਾ ਹੈ ਕਿ ਜੇ ਤੁਸੀਂ ਆਪਣੇ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਕੰਨ ਤਾਂ ਮਨ, ਹਾਲੇਲੂਇਆ, ਮਨ ਵੀ ਲਗਾਉਣਾ ਤੇ ਕੰਨ ਵੀ ਲਗਾਉਣਾ ਹੈ। ਬੋਲੋ ਹਾਲੇਲੂਇਆ! ਅਕਸਰ ਲੋਕੀ ਸੁਣਦੇ ਕਿੱਦਾਂ ਹੈ? ਕੰਨ ਦੁਆਰਾ ਸੁਣਦੇ, ਮਨ ਚ ਨੂੰ ਕਰਦੇ ਆ ਵਸਾਉਂਦੇ। ਬੋਲੋ ਹਾਲੇਲੂਇਆ! ਸੋ ਕੰਨ ਦੇ ਨਾਲ ਔਰ ਮਨ ਦੇ ਨਾਲ, ਕੰਨ ਨਾਲ ਸੁਣਨਾ ਔਰ ਮਨ ਵਿੱਚ ਵਸਾਉਣਾ। ਬੋਲੋ ਹਾਲੇਲੂਇਆ! ਕਿਹਨੂੰ? ਆਪਣੇ ਪਰਮੇਸ਼ਵਰ ਨੂੰ, ਆਪਣੇ ਹੀ ਪਰਮੇਸ਼ਵਰ ਨੂੰ, ਹੋਰ ਕਿਸੇ ਨੂੰ ਨੀ। ਉਹ ਕੌਣ ਹੈ ਪਰਮੇਸ਼ਵਰ? ਜੋ ਸਵਰਗ ਔਰ ਧਰਤੀ ਦਾ ਬਣਾਉਣ ਵਾਲਾ। ਬੋਲੋ ਹਾਲੇਲੂਇਆ! ਜਿਸ ਨੇ ਮਨੁੱਖ ਨੂੰ ਆਪਣੇ ਸ਼ਕਲ ਔਰ ਸਰੂਪ ਤੇ ਬਣਾਇਆ ਹੈ, ਉਹ ਪਰਮੇਸ਼ਵਰ ਨੂੰ ਸੁਣਨਾ ਹੈ, ਉਸ ਨੂੰ ਮਨ ਚ ਵਸਾਉਣਾ ਹੈ ਅਤੇ ਉਹਦੀਆਂ ਆਗਿਆਵਾਂ ਦੀ ਪਾਲਣਾ ਜੋ ਸਾਨੂੰ ਅੱਜ ਮਿਲੀ ਹੈ, ਹਾਲੇਲੂਇਆ, ਮਨ ਲਗਾ ਕੇ ਉਹਨੂੰ ਜਦੋਂ ਪੂਰਾ ਕਰਾਂਗੇ ਤਾਂ ਤੁਹਾਡਾ ਯਹੋਵਾ
परमेश्वर करेगा ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਖੜੇਗਾ। ਬੋਲੋ ਹਾਲੇਲੂਇਆ। ਅਸੀਂ ਫੋਕੇ ਉੱਚੇ ਹੋ ਜਾਂਦੇ ਹਾਂ ਜਦ ਤੱਕ ਅਸੀਂ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣਾਂਗੇ ਮਨ ਲਗਾ ਕੇ, ਜਦ ਤੱਕ ਅਸੀਂ ਉਹਦੀਆਂ ਆਗਿਆਵਾਂ ਦੀ ਪਾਲਣਾ ਨਹੀਂ ਕਰਾਂਗੇ ਅਸੀਂ ਉੱਚੇ ਹੋ ਨਹੀਂ ਸਕਦੇ ਹਾਂ। ਉੱਚੇ ਹੋਣ ਦੇ ਲਈ ਕਰਨਾ ਹੈ ਪਰਮੇਸ਼ਵਰ ਨੂੰ, ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣਨੀ ਹੈ, ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣਨੀ ਹੈ। ਹਾਲੇਲੂਇਆ। ਨਿਕਾਹ ਦੇ ਵੇਲੇ ਕਾਇਦ ਬੋਲਦੇ ਆ, ਹੈ ਨਾ, ਪਤਨੀ ਵਾਸਤੇ, ਪਤੀ ਵਾਸਤੇ, ਤੂੰ ਆਪਣੀ ਆਪਣੀ ਪਤਨੀ ਨਾਲ ਪ੍ਰੇਮ ਕਰਨਾ। ਸਭ ਨੂੰ ਨੇ ਕਿਹਾ ਆਪਣੀ ਨਾਲ, ਕਿਉਂਕਿ ਪਤੀ ਵੀ ਕਹਿੰਦਾ ਹੈ ਜੋ ਪਤਨੀ ਹੈ ਉਹਦਾ ਸਿਰ ਹੁੰਦਾ ਹੈ। ਸੋ ਅਸੀਂ ਕਹਿੰਦਾ ਕਲਿਸਿਆ ਪ੍ਰਭੂ ਯਿਸੂ ਮਸੀਹ ਦੀ, ਔਰ ਮੈਨੂੰ ਔਰ ਆਪ ਨੂੰ ਕੀ ਆ ਉਹਦੀ ਆਵਾਜ਼ ਸੁਣਨ ਦੀ ਲੋੜ ਹੈ। ਪ੍ਰਭੂ ਯਿਸੂ ਮਸੀਹ ਜੀ ਨੇ ਆਖਿਆ ਕਿ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ। ਬੋਲੋ ਹਾਲੇਲੂਇਆ। ਕੀ ਆਪਾਂ ਆਵਾਜ਼ ਸੁਣਦੇ ਹਾਂ? ਹੈਲੋ, ਸੁਣਦੇ ਹਾਂ? ਅਗਰ ਨਹੀਂ ਸੁਣਦੇ ਤਾਂ ਕੀ ਸੁਣਨਾ ਸ਼ੁਰੂ ਕਰਨਾ ਹੈ। ਜਦੋਂ ਆਪਾਂ ਉਹਦੀ ਆਵਾਜ਼ ਸੁਣਾਂਗੇ ਧਰਤੀ ਦੀਆਂ ਕੌਮਾਂ ਤੋਂ, ਅਸੀਂ ਉੱਚੇ ਹੋਈਏ ਚਾਹੇ ਨਾ ਹੋਈਏ, ਲੇਕਿਨ ਅਸੀਂ ਪ੍ਰਭੂ ਯਿਸੂ ਦੇ ਨਾਲ ਉੱਚੇ ਉਠਾਏ ਜਾਵਾਂਗੇ। ਬੋਲੋ ਹਾਲੇਲੂਇਆ, ਜੋਰ ਸੇ ਬੋਲੇ ਹਾਲੇਲੂਇਆ। ਜਦੋਂ ਪ੍ਰਭੂ ਯਿਸੂ ਮਸੀਹ ਬਦਲਾਉ ਤੇ ਆਏਗਾ, ਜੇ ਉਹਦੀਆਂ ਭੇਡਾਂ ਉਹਦੀ ਕਲੀਸਿਆ ਉਹਦੀ ਸੰਗਤ ਹਾਲੇਲੂਇਆ ਉਸਦੀ ਆਵਾਜ਼ ਨੂੰ ਸੁਣੇਗੀ, ਉਸ ਨੂੰ ਪਹਿਚਾਨ ਲਵੇਗੀ ਕਿ ਇਹ ਪ੍ਰਭੂ ਯਿਸੂ ਮਸੀਹ ਸਾਡੇ ਮੁਕਤੀਦਾਤਾ ਨੇ ਲਿਖਿਆ, ਉਹ ਹਾਲੇਲੂਇਆ ਉਹਨਾਂ ਨੇ ਕੀ ਉਠਾਏ ਜਾਣਗੇ। ਲਿਖਿਆ ਕਿ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਿਹਨਾਂ ਨੂੰ ਕਰੇਗਾ? ਜਿਹੜੇ ਉਹਦੀ ਆਵਾਜ਼ ਨੂੰ ਸੁਣਨਗੇ। ਮੈਨੂੰ ਔਰ ਆਪ ਨੂੰ ਅੱਜ ਪਰਮੇਸ਼ਵਰ ਦੀ ਆਵਾਜ਼ ਸੁਣਨੀ ਹੈ। ਅਸੀਂ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣਦੇ ਹਾਂ। ਕਈ ਵਾਰ ਅਸੀਂ ਆਰਾਧਨਾ ਤਾਂ ਕਰਦੇ ਹਾਂ, ਲੇਕਿਨ ਆਰਾਧਨਾ ਵਿੱਚ ਸਾਡਾ ਮਨ ਕਿਤੇ ਹੋਰ ਹੁੰਦਾ ਹੈ, ਸਾਡਾ ਸਰੀਰ ਇੱਥੇ ਬੈਠਾ ਹੁੰਦਾ ਹੈ, ਸਾਡੀ ਆਤਮਾ ਕਿਤੇ ਹੋਰ ਦੌੜੀ ਪਈ ਹੁੰਦੀ ਹੈ, ਚਲਾਂ ਗੱਡੇ ਉੱਤੇ, ਕਿਤੇ ਟਾਂਡੇ ਵੱਲ, ਕਿਤੇ ਭੋਗਪੁਰ ਵੱਲ, ਸਾਰੇ ਪਿੰਡ ਅਸੀਂ ਘੁੰਮ ਜਾਂਦੇ ਹਾਂ, ਲੇਕਿਨ ਅਸੀਂ ਬੈਠੇ ਕਿੱਥੇ ਹਾਂ? ਬਦਗੀ ਵਿੱਚ। ਕੀ ਪਰਮੇਸ਼ਵਰ ਬਰਕਤ ਦੇਗਾ? ਕਿਉਂ ਭਾਜੀ, ਬਰਕਤ ਮਿਲੇਗੀ? ਨਹੀਂ ਮਿਲੇਗੀ, ਕਿਉਂਕਿ ਆਤਮਾ ਇੱਥੇ ਹੈ ਨਹੀਂ, ਸੁਣਨ ਵਾਲਾ ਮਨ ਇੱਥੇ ਹੈ ਨਹੀਂ, ਤਾਂ ਬਰਕਤ ਕਿੱਦਾਂ ਮਿਲੇਗੀ? ਸੋ ਪ੍ਰਭੂ ਉਹਦੀ ਹਜ਼ੂਰੀ ਵਿੱਚ ਅਸੀਂ ਆਉਂਦੇ ਹਾਂ। ਲਿਖਿਆ ਆਪਣਾ ਪੈਰ ਚੌਕਸੀ ਨਾਲ ਧਰੋ। ਇੱਕ ਐਤ ਮੈਨੂੰ ਪੜ੍ਹੇ ਮਰਕਸ ਦੀ ਅੰਜੀਲ 9:23 ਆਇਤ। ਹਾਲੇਲੂਇਆ। ਇੱਕ ਚੀਜ਼ ਹੈ ਕਿ ਪਰਮੇਸ਼ਵਰ ਦੇ ਆਕਾਸ਼ ਰੂਪੀ ਭੰਡਾਰ ਨੂੰ ਖੁੱਲਣਾ ਔਰ ਵੇਲੇ ਸਿਰ ਧਰਤੀ ਉੱਤੇ ਮੀਂਹ ਪੈਣਾ, ਤੇ ਸਾਡਿਆਂ ਕੰਮਾਂ ਦੇ ਉੱਤੇ ਪਰਮੇਸ਼ਵਰ ਬਰਕਤ ਦਿੰਦਾ, ਹੱਥਾਂ ਦੇ ਕੰਮਾਂ ਬਰਕਤ ਦਿੰਦਾ ਹੈ। ਉਸ ਤੋਂ ਬਾਅਦ ਸਾਨੂੰ ਕੁਝ ਕੰਮ ਕਰਨ ਦੀ ਲੋੜ ਹੈ। ਉਹ ਕੀ ਕੰਮ ਹੋਵੇਗਾ? ਪੜ੍ਹੇਗੇ ਯਿਸੂ ਨੇ ਉਹਨੂੰ ਆਖਿਆ, ਪ੍ਰਭੂ ਯਿਸੂ ਨੇ ਉਸ ਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ ਤਾਂ ਪ੍ਰਤੀਤ ਕਰਨ ਵਾਲੇ ਦੇ ਲਈ, ਵਿਸ਼ਵਾਸ ਕਰਨ ਵਾਲੇ ਦੇ ਲਈ ਸਭੇ ਕੁਝ ਹੋ ਸਕਦਾ ਹੈ, ਸਭੇ ਕੁਝ ਹੋ ਸਕਦਾ ਹੈ। ਬੋਲੋ ਹਾਲੇਲੂਇਆ। ਨੇਚਾ ਅੱਗੇ ਨਹੀਂ ਪਹਾੜ ਖਲੋ ਸਕਦਾ, ਕਰੀਏ ਜੇ ਵਿਸ਼ਵਾਸ ਸਭ ਕੁਝ ਹੋ। ਘਰ ਬਣਾਉਣ ਦੇ ਲਈ ਵਿਸ਼ਵਾਸ ਵੀ ਹੋਣਾ ਚਾਹੀਦਾ ਬੰਦੇ ਨੂੰ। ਪਰਮੇਸ਼ਵਰ ਜਦੋਂ ਆਪਣਾ ਆਕਾਸ਼ ਭੰਡਾਰ ਖੋਲਦਾ ਨਾ, ਤੇ ਉਸ ਪਰਮੇਸ਼ਵਰ ਤੇ ਵਿਸ਼ਵਾਸ ਵੀ ਹੋਣਾ ਚਾਹੀਦਾ ਕਿ ਵੇਲੇ ਸਿਰ ਉਹ ਮੀਂਹ ਵੀ ਪਵੇਗਾ। ਬੋਲੋ ਹਾਲੇਲੂਇਆ। ਅਸੀਂ ਇਕੱਲਾ ਵਚਨ ਹੀ ਸੁਣ ਲਈਏ ਔਰ ਵਿਸ਼ਵਾਸ ਨਾ ਕਰੀਏ ਤੇ ਭੰਡਾਰ ਖੁੱਲਣ ਵਾਲਾ ਨਹੀਂ ਹੈ। ਔਰ ਜੇ ਅਸੀਂ ਵਿਸ਼ਵਾਸ ਕਰ ਲਈਏ ਔਰ ਪ੍ਰਾਰਥਨਾ ਨਾ ਕਰੀਏ, ਖੁਦਾ ਦੇ ਕੋਲੋਂ ਮੰਗੀਏ ਨਾ, ਤਾਂ ਪਰਮੇਸ਼ਵਰ ਦੇਵੇਗਾ ਵੀ ਨਹੀਂ ਹੈ। ਸਾਡਾ ਪਰਮੇਸ਼ਵਰ ਬੜੇ ਆਦਰ ਦੇ ਯੋਗ ਹੈ, ਸਾਰੀ ਮਹਿਮਾ ਉਸਦੀ ਹੈ, ਕਿਉਂਕਿ ਉਹ ਆਕਾਸ਼ ਔਰ ਧਰਤੀ ਦਾ ਸਿਰਜਣਹਾਰ ਪਰਮੇਸ਼ਵਰ ਹੈ ਔਰ ਉਹ ਵਾਸਤਵਿਕ ਪਰਮੇਸ਼ਵਰ ਹੈ, ਸੱਚਾ ਪਰਮੇਸ਼ਵਰ ਹੈ, ਕਿਉਂਕਿ ਉਸਨੇ ਇਸ ਸੰਸਾਰ ਦੇ ਵਿੱਚ ਇੱਕ ਰੋਸ਼ਨੀ ਭੇਜੀ ਹੈ, ਇੱਕ ਲਾਈਟ ਨੂੰ ਭੇਜਿਆ ਹੈ, ਔਰ ਉਹ ਲਾਈਟ ਜਿਹੜੀ ਹੈ ਪ੍ਰਭੂ ਯਿਸੂ ਮਸੀਹ ਹੈ। ਔਰ ਇਸ ਜਗ੍ਹਾ ਉੱਤੇ ਇੱਕ ਵਿਅਕਤੀ ਪ੍ਰਭੂ ਯਿਸੂ ਮਸੀਹ ਦੇ ਕੋਲ ਜਾਂਦਾ ਹੈ ਆਪਣੀ ਸਮੱਸਿਆਵਾਂ ਨੂੰ ਲੈ ਕੇ, ਆਪਣੇ ਰੋਗ ਨੂੰ ਲੈ ਕੇ, ਤਾਂ ਪ੍ਰਭੂ ਜੀ ਨੇ ਉਸਨੂੰ ਇੱਕ ਗੱਲ ਆਖੀ, ਜੇ ਤੂੰ ਕੁਛ ਕਰ ਸਕਦਾ ਹਾਂ ਤੇ ਇਕੱਲਾ ਵਿਸ਼ਵਾਸ ਕਰ। ਕੀ ਕਰ? ਇਕੱਲਾ ਜਿਹੜਾ ਉਸ ਰੋਸ਼ਨੀ ਤੇ ਵਿਸ਼ਵਾਸ ਕਰਦਾ ਹੈ, ਪ੍ਰਭੂ ਯਿਸੂ ਤੇ ਵਿਸ਼ਵਾਸ ਕਰਦਾ ਹੈ, ਉਹਦੇ ਲਈ ਸਭ ਕੁਝ ਹੋ ਸਕਦਾ ਹੈ। ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਸਭ ਕੁਝ ਹੋ ਸਕਦਾ ਹੈ, ਉਹਦੇ ਲਈ ਸਭ ਕੁਝ ਹੋ ਸਕਦਾ ਹੈ, ਔਰ ਕੁਛ ਵੀ ਅਣਹੋਣਾ ਨਹੀਂ ਹੋਵੇਗਾ ਉਹਦੇ ਵਾਸਤੇ,
क्योंकि वह विश्वास करता है, वो करता है जी विश्वास करता है, और विश्वास बिना देखिया वस्तुओं का किया परिणाम है, सबूत है। मैनू अज भी हालेलुया गल याद है जो असि 28 दिसंबर 2011 नू जो प्लाट चर्चे लिया मीटिंग रखिया और मीटिंग रख के उत्ते प्रार्थना कर रहे थे और प्रार्थना करते करते मैं इस प्रकार मैं बाय फेथ बोलिया कि जो सा चर्च है ये 4 मंजिली बिल्डिंग बनेगा और थले साडे एक सिस्टर बैठे कहते बोल दिता लेकिन 4 मंजिली बिल्डिंग का पैसा कितना लगना। मैं सिस्टर जी मैं तो बोलता हूँ मैंने नहीं पता करना कि लेकिन परमेश्वर आपे ही करेगा। बोलो हालेलुया थैंक गॉड प्रभु की स्तुति होवे हालेलुया। 2017 फरवरी 2012 चर्च का काम शुरू किया गया और हालेलुया 25 दिसंबर 2014 किया गया चर्च का पूरा काम तैयार किया 3 मंजिली चर्च बन गया 1 मंजिली बनवा रह गया। बोलो हालेलुया जोर से बोले हालेलुया। क्यों बनिया क्योंकि परमेश्वर ने अपना आकाश शुरू बना खोलिया और वेले वेले सर मी पाता चला गया। तुम्हें पता से किन्ने पैसा शुरू जित किया तुसी विश्वास नहीं कर सकते। मेरे को 2813 रुपये जिस दिन मैं चर्च का काम शुरू किया किन्ने पैसे 2813 रुपये मेरे वो 17 फरवरी की जो बैंक स्टेटमेंट है तुसी कढ़वा के दे सकते हो 2813 रुपये उस दिन की स्टेटमेंट निकलेगी 2813 रुपये के नाल असी परमेश्वर का काम शुरू किया विश्वास नाल शुरू किया परमेश्वर के आकाश रूपी भंडार की ओर देखिया कि वेले वेले सिर मीह पवेगा जिधर असी नींह पत्र रखिया निक्की निक्की बारिश होने लगी। सफरी साहब बैठे हैं कहते अज रहन दो अज बारिश होने लग पी है मैं क्या ये पानी दी बूंदा नहीं ये बरकत दी बूंदा है। हालेलुया और ऐसी बरकत की बारिश हुई कि आज तक रुकी नहीं है। बोलो हालेलुया जोर से बोलेंगे हालेलुया। 2813 रुपये परमेश्वर ने हालेलुया करीब 35 लाख से बदल दिया और पता नहीं चलिया कि परमेश्वर ने किस वेले केड़ी कड़ी केरा काम करके दे दिता। ग्लोरी हालेलुया हालेलुया। इन कहते हैं विश्वास बिना देखिया वस्तुओं का किया सबूत है। आप विश्वास करें परमेश्वर देते प्रभु यीशु मसीह ने आप कहा है जे तुसी कुछ कर सकते करो विश्वास होर कुछ करने की लोड़ है। हालेलुया होर कुछ भेटा देने की कोई लोड़ नहीं है बलिदान देने की लोड़ नहीं है होर कोई काम करने की लोड़ नहीं है। अगर कर सकते हो तो विश्वास करो क्योंकि विश्वास करने वाले किया सब कुछ हो सकता है। यह परमेश्वर का वचन है और मसीह जीवन जिहड़ा है इस विश्वास से टिकिया होया है। बोलो हालेलुया जोर से बोले हालेलुया। इस विश्वास से किया टिकिया होया है कि असी विश्वास दे नाल जो कुछ परमेश्वर दे कोलो मंगांगे साडे लई हो जाएगा। एक कहत पड़े बिना लोर जबूरां दी पोथी 118 जबूर उसकी 24 आयत ਇਹ ਦਿਨ ਯਹੋਵਾ ਨੇ ਬਣਾਇਆ ਜਿੱਥੇ ਅੱਜ ਅਸੀਂ ਪ੍ਰਭੂ ਦੀ ਇਬਾਦਤ ਕਰ ਰਹੇ ਹਾਂ ਇਹ ਦਿਨ ਕਿਹਦਾ ਬਣਾਇਆ ਹੋਇਆ ਹੈਲੋ ਦਿਨ ਕਿਹਦਾ ਬਣਾਇਆ ਯਹੋਵਾ ਨੇ ਬਣਾਇਆ। ਸ਼ੁਰੂਆਤ ਚ ਗੀਤ ਵੀ ਗਾਇਆ ਸੀਗਾ ਅੱਜ ਦਾ ਦਿਨ ਯਹੋਵਾ ਨੇ ਬਣਾਇਆ ਹਮ ਇਸ ਮੇ ਆਨੰਦਿਤ ਹੋਵੋ। ਇੱਕ ਦਿਨ ਉਹ ਸੀਗਾ ਜਿਸ ਦਿਨ ਇਸ ਧਰਤੀ ਇਸ ਘਰ ਦੀ ਨੀਂਹ ਪੱਥਰ ਰੱਖੀ ਗਈ ਸੀਗੀ ਉਹ ਵੀ ਦਿਨ ਕਿਹਨੇ ਬਣਾਇਆ ਸੀਗਾ ਪਰਮੇਸ਼ੁਰ ਨੇ। ਬੋਲੋ ਹਾਲੇਲੂਯਾ। ਇੱਕ ਦਿਨ ਇਹ ਹੈ ਜਿਸਰ ਕੀ ਪਰਮੇਸ਼ੁਰ ਨੇ ਆਪਣੀ ਅਪਾਰ ਕਿਰਪਾ ਅਪਾਰ ਬਰਕਤ ਨਾਲ ਇਸ ਪੂਰੇ ਘਰ ਨੂੰ ਤਿਆਰ ਕੀਤਾ ਹੈ। ਸਮੇਂ ਸਮੇਂ ਸਿਰ ਮੀਂਹ ਪਾਇਆ ਸਮੇਂ ਸਮੇਂ ਸਿਰ ਰੁਕੇ ਹੋਏ ਕੰਮਾਂ ਨੂੰ ਪੂਰਾ ਕੀਤਾ। ਹਾਲੇਲੂਯਾ। ਔਰ ਅੱਜ ਇੱਕ ਦਿਨ ਹੈ ਜਿਸਰ ਕੀ ਅਸੀਂ ਇਸ ਘਰ ਦਾ ਉਦਘਾਟਨ ਕਰ ਰਹੇ ਹਾਂ। ਬੋਲ ਹਾਲੇਲੂਯਾ ਹਾਲੇਲੂਯਾ। ਇਹਨੂੰ ਕਹਿੰਦੇ ਆ ਗ੍ਰਹਿ ਪ੍ਰਵੇਸ਼ ਨਵੇਂ ਘਰ ਚ ਕੀ ਆ ਪ੍ਰਵੇਸ਼ ਕਰਨਾ। ਵੈਸੇ ਅਸੀਂ ਪਹਿਲੇ ਕਰ ਚੁੱਕੇ ਹਾਂ ਲੇਕਿਨ ਅਸਲ ਚ ਅੱਜ ਹੋਇਆ ਹੈ। ਬੋਲੋ ਹਾਲੇਲੂਯਾ। ਅਸਲ ਚ ਕੀ ਹੈ ਅੱਜ ਹੋਇਆ ਹੈ ਬਾਈਬਲ ਚ ਲਿਖਿਆ ਗਿਆ ਹੈ ਪਵਿੱਤਰ ਬਾਣੀ ਸਾਨੂੰ ਇਸ ਪ੍ਰਕਾਰ ਸਬੂਤ ਕਰ ਰਹੀ ਹੈ ਅੱਜ ਦਾ ਦਿਨ ਯਹੋਵਾ ਨੇ ਬਣਾਇਆ। ਇਹ ਦਿਨ ਕਿਹਨੇ ਬਣਾਇਆ ਜੀ ਪਰਮੇਸ਼ੁਰ ਨੇ ਬਣਾਇਆ ਹੈ। ਵਾਰ ਕਹਦੇ ਹੈ ਪਰਮੇਸ਼ੁਰ ਦੇ ਹੈ। ਹਾਲੇਲੂਯਾ। ਇਹ ਲੋਕ ਵਾਰਾਂ ਜੀ ਆਪਣੇ ਦਿਨ ਵਾਰਾਂ ਜੀ ਬੜੇ ਵਹਿਮ ਕਰਦੇ ਅੱਜ ਮੰਗਲਵਾਰ ਅੱਜ ਤੋਂ ਘੱਟ ਨਹੀਂ ਕਰਨਾ ਜੀ ਅੱਜ ਸੋਮਵਾਰ ਅੱਜ ਇਹ ਕੰਮ ਨਹੀਂ ਕਰਨਾ ਜੀ ਬਣਾਇਆ ਕਿਸਨੇ ਦਿਨ ਪਰਮੇਸ਼ੁਰ ਨੇ। ਬੋਲੋ ਹਾਲੇਲੂਯਾ। ਸੋ ਮਸੀਹ ਜੀਵਨ ਚ ਕੋਈ ਵੀ ਵਹਿਮ ਹੋਣਾ ਨਹੀਂ ਚਾਹੀਦਾ ਹੈ।
ਹਰ ਕੰਮ ਦਾ ਹੱਲ ਹੈ, ਲੇਕਿਨ ਵਹਿਮ ਦਾ ਕੋਈ ਹੱਲ ਨਹੀਂ ਹੁੰਦਾ ਹੈ। ਬੋਲੋ ਹਾਲੇਲੂਇਆ। ਸੋ ਅਸੀਂ ਕੀ ਬਣਨਾ ਹੈ? ਪਰਮੇਸ਼ਵਰ ਦੀ ਇਬਾਦਤ ਜਦੋਂ ਕਰਦੇ ਹਾਂ, ਹਰੇਕ ਦਿਨ ਜਿਹੜਾ ਹੈ ਪਰਮੇਸ਼ਵਰ ਨੇ ਬਣਾਇਆ ਹੋਇਆ ਹੈ, ਔਰ ਹਰੇਕ ਦਿਨ ਜਿਹੜਾ ਹੈ ਬਰਕਤ ਦੇ ਨਾਲ ਭਰਿਆ ਹੋਇਆ ਹੈ। ਬੋਲੋ ਹਾਲੇਲੂਇਆ। ਕਹਿੰਦਾ ਇਹ ਦਿਨ ਯਹੋਵਾ ਨੇ ਬਣਾਇਆ, ਉਸ ਵਿੱਚ ਅਸੀਂ ਬਾਗ ਬਾਗ ਤੇ ਆਨੰਦ ਹੋਈਏ। ਪ੍ਰੇਜ਼ ਲਾਰਡ, ਹਾਲੇਲੂਇਆ। ਅੱਜ ਕਿਹੜਾ ਸਮਾਂ ਹੈ ਜੀ? ਬਾਗ ਬਾਗ ਹੋਣ ਦਾ ਤੇ ਆਨੰਦ ਮਨਾਉਣ ਦਾ ਦਿਨ ਹੈ। ਬੋਲੋ ਹਾਲੇਲੂਇਆ, ਜੋਰ ਸੇ ਬੋਲੇ ਹਾਲੇਲੂਇਆ। ਕਿਉਂਕਿ ਸਾਡੇ ਸਿਰ ਤੇ ਕੀ ਹੈ? ਇੱਕ ਤਾਜ ਰੱਖਿਆ ਗਿਆ ਹੈ, ਇੱਕ ਤਾਜ ਇਸ ਘਰ ਦਾ ਜੋ ਪ੍ਰਭੂ ਨੇ ਬਣਾ ਦਿੱਤਾ ਹੈ, ਦੂਸਰਾ ਇੱਕ ਤਾਜ ਸਾਡੇ ਸਿਸਟਰ ਦੀ ਜ਼ਿੰਦਗੀ ਜੋ ਇੱਕ ਬਹੁਤ ਵੱਡੇ ਹਾਦਸੇ ਤੋਂ ਪਰਮੇਸ਼ਵਰ ਕੀਤਾ ਗਿਆ ਬਚਾ ਕੇ ਲਿਆਂਦੀ ਹੈ। ਇਸਦੇ ਬਾਰੇ ਬੱਚੇ ਗਾ ਰਹੇ ਸੀਗੇ, ਤਾਜ ਜਲਾਲੀ ਉਹ ਪਹਿਨ ਆਉਂਦਾ ਆਪਣੇ ਸੱਜੇ ਹੱਥ ਬਿਠਾਉਂਦਾ, ਜਦ ਵੀ ਸਾਨੂੰ ਵਾਜਾ ਮਾਰੇ ਨਾ ਸਭਨਾ ਦੇ। ਤੁਸੀਂ ਤੋਂ ਕਿਹਾ ਪ੍ਰਭੂ ਨਾਮ ਹਰ ਕਿਤਾ ਜਾਂਦਾ ਹੈ ਨਾ, ਇੱਕ ਗੱਲ ਸੋਚਣ ਵਾਲੀ ਹੈ ਕਿ ਸਾਡੇ ਨਾਮ ਪ੍ਰਭੂ ਨੂੰ ਕਿਤਾ ਜਾਂਦਾ ਹੈ। ਦੁਨੀਆਂ ਵਿੱਚ ਅਰਬਾਂ ਹੀ ਲੋਕ ਪ੍ਰਭੂ ਯਿਸੂ ਮਸੀਹ ਦੀ ਉਪਾਸਨਾ ਕਰਦੇ ਹੈ, ਅਰਬਾਂ ਲੋਕਾਂ ਦੇ ਨਾਮ ਕਿਵੇਂ ਜਾਂਦਾ ਪ੍ਰਭੂ ਨੂੰ? ਲੇਕਿਨ ਬਾਈਬਲ ਚ ਲਿਖਿਆ ਗਿਆ ਹੈ, ਪਰਮੇਸ਼ਵਰ ਬਣ ਲਿਖਿਆ ਹੈ, ਕਹਿੰਦਾ ਮੈਂ ਤੁਹਾਡੇ ਮਾਂ ਦੇ ਗਰਭ ਵਿੱਚ ਆਉਣ ਤੋਂ ਤੁਹਾਨੂੰ ਪਹਿਲਾਂ ਹੀ ਸੁਣਿਆ ਹੋਇਆ ਹੈ। ਬੋਲੋ ਹਾਲੇਲੂਇਆ। ਸਾਡਾ ਨਾਮ ਤੋਂ ਬਾਅਦ ਚ ਰੱਖਿਆ ਗਿਆ, ਸਾਡਾ ਕੀ ਪਹਿਲੇ ਨਾਮ ਉੱਤੇ ਲਿਖਿਆ ਹੋਇਆ ਸੀਗਾ। ਬੋਲੋ ਹਾਲੇਲੂਇਆ, ਜੋਰ ਸੇ ਬੋਲੇ ਹਾਲੇਲੂਇਆ। ਲਿਖਿਆ ਕਹਿੰਦਾ ਕਿ ਉਹ ਚ ਬਾਗ ਬਾਗ ਹੋਈਏ ਔਰ ਆਨੰਦ ਮਨਾਈਏ, ਕਿਉਂਕਿ ਇਹ ਦਿਨ ਕਿਹਨੇ ਬਣਾਇਆ ਹੈ? ਬੋਲੋ ਨਾ, ਹਾਲੇਲੂਇਆ। ਇਹ ਦਿਨ ਕਿਹਨੇ ਬਣਾਇਆ ਹੈ? ਪਰਮੇਸ਼ਵਰ ਨੇ ਬਣਾਇਆ ਹੈ, ਤੇ ਉਹ ਪਰਮੇਸ਼ਵਰ ਸਾਨੂੰ ਪਿਆਰ ਕਰਦਾ ਹੈ। ਕੀ ਕਰਦਾ? ਸਾਨੂੰ ਪਿਆਰ ਕਰਦਾ ਹੈ, ਔਰ ਉਸਨੇ ਆਪਣੇ ਪਿਆਰ ਦੇ ਕਰਕੇ ਸਾਨੂੰ ਇਹ ਸੁੰਦਰ ਆਸ਼ੀਸ਼ਾਂ ਨਾਲ ਕੀਤਾ ਗਿਆ ਭਰਿਆ ਹੈ। ਸੁੰਦਰ ਸੁੰਦਰ ਬਰਕਤਾਂ ਕਿਤੋਂ ਮਿਲਦੀਆਂ ਹਨ? ਪਰਮੇਸ਼ਵਰ ਦੇ ਕੋਲੋਂ ਮਿਲਦੀਆਂ ਹਨ, ਕਿਉਂਕਿ ਅਸੀਂ ਕੀ ਹਾਂ? ਪਰਮੇਸ਼ਵਰ ਦੀ ਸੁੰਦਰ ਸ੍ਰਿਸ਼ਟੀ ਹਾਂ, ਔਰ ਅਸੀਂ ਉਸ ਪਰਮੇਸ਼ਵਰ ਨੂੰ ਕਦੇ ਵੀ ਤਿਆਗਣਾ ਨਹੀਂ ਹੈ, ਕਦੇ ਵੀ ਛੱਡਣਾ ਨਹੀਂ ਹੈ, ਕਦੇ ਭੁੱਲਣਾ ਨਹੀਂ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਦੁਨੀਆਂ ਜੋ ਕੁਛ ਮਰਜ਼ੀ ਕਹਿੰਦੀ ਰਹੇ, ਦੁਨੀਆਂ ਜੋ ਕੁਛ ਮਰਜ਼ੀ ਆਖਦੀ ਰਹੇ, ਲੇਕਿਨ ਅਸੀਂ ਕਰਨਾ ਹੈ ਪ੍ਰਾਰਥਨਾ ਚ ਲੱਗੇ ਰਹਿਣਾ ਹੈ, ਧੰਨਵਾਦ ਕਰਦੇ ਰਹਿਣਾ ਹੈ, ਪ੍ਰਭੂ ਦੀ ਸੰਗਤੀ ਕਰਦੇ ਰਹਿਣਾ ਹੈ, ਉਪਵਾਸ ਪ੍ਰਾਰਥਨਾ ਕਰਦੇ ਰਹਿਣਾ ਹੈ, ਆਪਣੇ ਗੁਆਂਢੀਆਂ ਲਈ ਪ੍ਰਾਰਥਨਾ ਕਰਨੀ ਹੈ, ਆਪਣੇ ਨਗਰ ਦੀ ਸਲਾਮਤੀ ਮੰਗਣੀ ਹੈ। ਜਦੋਂ ਅਸੀਂ ਆਪਣੇ ਨਗਰ ਦੇ ਲਈ, ਆਪਣੇ ਗੁਆਂਢੀ ਦੇ ਲਈ ਪ੍ਰਾਰਥਨਾ ਕਰਦੇ ਹਾਂ, ਦੁਸ਼ਮਣਾਂ ਲਈ ਪ੍ਰਾਰਥਨਾ ਕਰਦੇ ਹਾਂ, ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰਦੇ ਹਾਂ, ਤੇ ਇਹ ਦਿਨ ਕਿਹਨੇ ਬਣਾਇਆ ਹੈ? ਯਹੋਵਾ ਨੇ ਬਣਾਇਆ ਹੈ, ਕਿਉਂਕਿ ਅਸੀਂ ਕੀ ਆ? ਹਰ ਇੱਕ ਦਿਨ ਏਦਾਂ ਹੀ ਕਰਦੇ ਰਹਿਣਾ ਹੈ, ਔਰ ਬਾਈਬਲ 'ਚ ਲਿਖਿਆ ਗਿਆ ਹੈ ਕਿ ਤੁਸੀਂ ਬਾਗ ਬਾਗ ਹੋਵੋ ਤੇ ਆਨੰਦ ਕਰੋ। ਇਸ ਘਰ ਦੇ ਕਰਕੇ ਕੀ ਆ? ਬਾਗ ਬਾਗ ਹੋਵੋ ਅਤੇ ਆਨੰਦ ਹੋਵੋ, ਕਿਉਂਕਿ ਇਹ ਇਕੱਲਾ ਘਰ ਨਹੀਂ ਹੈ, ਇਹ ਪਰਮੇਸ਼ਵਰ ਦੀ ਅਪਾਰ ਬਰਕਤ ਹੈ ਜੋ ਉਸਨੇ ਆਕਾਸ਼ ਰੂਪੀ ਭੰਡਾਰ ਖੋਲੇ ਔਰ ਸਮੇਂ ਸਿਰ ਮੀਂਹ ਪਾਇਆ, ਸਾਡੇ ਜੀਵਨ ਵਿੱਚ ਉਸਨੇ ਕੀਤਾ ਗਿਆ ਅਦਭੁਤ ਕੰਮ ਕੀਤਾ ਹੈ। ਪ੍ਰੇਜ਼ ਦਾ ਲਾਰਡ, ਹਾਲੇਲੂਇਆ, ਹਾਲੇਲੂਇਆ। ਕਿੰਨਾ ਭਲਾ ਪਰਮੇਸ਼ਵਰ ਹੈ, ਕਿੰਨਾ ਮਹਾਨ ਪਰਮੇਸ਼ਵਰ ਹੈ, ਜੋ ਸਾਨੂੰ ਕੀ ਆ? ਬਾਗ ਬਾਗ ਰਹਿਣ ਦੇ ਲਈ, ਆਨੰਦ ਰਹਿਣ ਦੇ ਲਈ ਕਰਦਾ ਹੈ, ਸਾਨੂੰ ਕਰਦਾ ਹੈ, ਨਵਾਂ ਜੀਵਨ ਦਿੰਦਾ ਹੈ। ਉਸ ਪ੍ਰਭੂ ਦੇ ਲਈ ਇੱਕ ਵਾਰ ਤਾਲੀ ਜਾ ਕੇ ਧੰਨਵਾਦ ਕਰੇ। ਹਾਲੇਲੂਇਆ, ਥੈਂਕ ਯੂ ਜੀਸਸ, ਹਾਲੇਲੂਇਆ, ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਇੱਕ ਐਤ ਪੜੇ ਮੇਰੇ ਨਾਲ ਹੋਰ, ਪਹਿਲਾ ਯੂਹੰਨਾ ਦੀ ਅੰਜੀਲ ਪੱਤਰੀ ਉਸਦਾ 5:14 ਐਤ ਪੜੇ। ਥੈਂਕ ਯੂ ਜੀਸਸ, ਮੈਂ ਜਲਦੀ ਸਮਾਪਤ ਕਰ ਰਿਹਾ। ਪਹਿਲਾ ਯੂਹੰਨਾ ਦੀ ਪੱਤਰੀ 5:14। ਅਤੇ ਉਹਦੇ ਅੱਗੇ ਕਿਹਦੇ ਅੱਗੇ? ਪਰਮੇਸ਼ਵਰ ਦੇ ਅੱਗੇ। ਹੈਲੋ, ਕਿਹਦੇ ਅੱਗੇ ਜੀ? ਪਰਮੇਸ਼ਵਰ ਦੇ ਅੱਗੇ। ਅਸੀਂ ਕਿਹਦੇ ਕੋਲ ਮੰਗ ਸਕਦੇ ਹਾਂ? ਪਰਮੇਸ਼ਵਰ ਦੇ ਕੋਲੋਂ। ਪੜ੍ਹੇ, ਜੋ ਸਾਨੂੰ ਦਲੇਰੀ ਹੈ, ਜੋ ਸਾਨੂੰ ਕੀ ਆ? ਦਲੇਰੀ ਹੈ। ਅਤੇ ਉਹਦੇ ਅੱਗੇ ਜੋ ਸਾਨੂੰ ਕੀ ਆ? ਦਲੇਰੀ ਹੈ। ਸੋ ਇਹ ਹੈ, ਸੋ ਉਹ ਦਲੇਰੀ ਕੀ ਆ? ਇਹ ਹੈ। ਤੁਸੀਂ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ। ਆਪਾਂ ਇੱਕ ਭਜਨ ਕਹਿੰਦੇ ਨਾ, ਦਿਲ ਦਾ ਮੈਂ ਕਮਜ਼ੋਰ, ਯਿਸੂ ਜੀ ਮੈਨੂੰ ਸਾਂਭ ਕੇ। ਵਚਨ ਕਹਿ ਰਹੇ ਤੁਸੀਂ ਕਮਜ਼ੋਰ ਨਹੀਂ, ਦਲੇਰ ਹੋ। ਬੋਲੋ ਹਾਲੇਲੂਇਆ। ਤੁਸੀਂ ਕੌਣ ਹੋ? ਦਲੇਰ ਹੋ। ਕਮਜ਼ੋਰ ਨਹੀਂ ਮਹਿਸੂਸ ਕਰਨਾ ਆਪਣੇ ਆਪ ਨੂੰ, ਦਲੇਰ ਮਹਿਸੂਸ ਕਰਨਾ ਹੈ। ਹਾਲੇਲੂਇਆ। ਸੋ ਇਹ ਹੈ ਭਈ ਜੇ ਅਸੀਂ ਉਹਦੀ ਇੱਛਾ ਦੇ, ਹਾਂ,
ਘਰ ਬਣਾ ਰਹੇ ਹਾਂ, ਕੋਈ ਕੰਮ ਸ਼ੁਰੂ ਕਰ ਰਹੇ ਹਾਂ, ਜਾਂ ਅਸੀਂ ਕੋਈ ਨੌਕਰੀ ਲਈ ਪ੍ਰਾਰਥਨਾ ਕਰ ਰਹੇ ਹਾਂ, ਜਾਂ ਵਿਦੇਸ਼ੀ ਦੌਰ ਲਈ ਪ੍ਰਾਰਥਨਾ ਕਰ ਰਹੇ ਹਾਂ, ਘਰ ਲਈ ਪ੍ਰਾਰਥਨਾ ਕਰ ਰਹੇ ਹਾਂ, ਤੇ ਇੱਥੇ ਲਿਖਿਆ ਗਿਆ ਹੈ, ਕਹਿੰਦਾ ਕਿ ਅਸੀਂ ਉਹਦੇ ਅੱਗੇ ਜੋ ਦਲੇਰ ਹਾਂ, ਕਿੱਦਾਂ ਦੀ ਪ੍ਰਾਰਥਨਾ ਕਰਨੀ ਹੈ? ਅਸੀਂ ਉਹਦੀ ਇੱਛਾ ਦੇ ਅਨੁਸਾਰ, ਉਹਦੀ ਇੱਛਾ ਦੇ ਅਨੁਸਾਰ, ਕਿਹਦੀ ਇੱਛਾ? ਪਰਮੇਸ਼ਵਰ ਦੀ ਇੱਛਾ। ਪ੍ਰਭੂ ਯਿਸੂ ਮਸੀਹ ਨੇ ਵੀ ਆਖਿਆ ਗੱਤਸਮਨੀ ਬਾਗ ਵਿੱਚ, ਹੇ ਪਿਤਾ ਜੇ ਹੋ ਸਕੇ ਤੇ ਪਹਿਲਾਂ ਮੈਂ ਇੱਥੋਂ ਚਲ ਜਾਏ, ਪਰੰਤੂ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ, ਪਰ ਤੇਰੀ ਇੱਛਾ ਪੂਰੀ ਹੋਵੇ। ਕੀ ਹੋਵੇ? ਤੇਰੀ ਇੱਛਾ। ਪ੍ਰਭੂ ਨੇ ਪ੍ਰਾਰਥਨਾ ਸਿਖਾਈ ਚੇਲਿਆਂ ਨੂੰ, ਆਏ ਸਾਡੇ ਬਾਪ ਤੂੰ ਜੋ ਕੀਆ ਆਸਮਾਨ ਤੇ ਹੈ, ਤੇਰਾ ਨਾਮ ਪਵਿੱਤਰ ਮੰਨਾ ਜਾਏ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਕਿੱਥੇ ਪੂਰੀ ਹੁੰਦੀ ਹੈ? ਆਸਮਾਨ ਤੇ ਪੂਰੀ ਹੁੰਦੀ ਹੈ। ਕਹਿੰਦਾ ਉਸ ਤਰ੍ਹਾਂ ਕੀ ਆ, ਜ਼ਮੀਨ ਤੇ ਵੀ ਹੋਵੇ। ਪਰਮੇਸ਼ਵਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਕੁਛ ਕੋਈ ਕਰ ਸਕਦਾ।